ਅੱਜ ਦੇ ਟਾਈਮ ਵਿੱਚ ਇੱਕ ਵਧੀਆ ਜੌਬ ਹੋਣਾ ਬਹੁਤ ਜ਼ਰੂਰੀ ਹੈ ਤੇ ਜੌਬ ਲੈਣ ਲਈ ਇੱਕ ਸਹੀ ਕੋਰਸ ਸਿਲੈਕਟ ਕਰਨਾ ਵੀ ਬਹੁਤ ਜ਼ਰੂਰੀ ਹੈ ਇਸੇ ਬਾਰੇ ਹੀ ਅੱਜ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦਸ਼ਮੀਸ਼ ਕੰਪਿਊਟਰਸ ਤੇ ਇਸ ਚੈਨਲ ਤੇ ਤੁਹਾਨੂੰ ਜੌਬਸ ਦੇ ਰਿਲੇਟਡ ਹਰ ਤਰ੍ਹਾਂ ਦੀ ਲੇਟੈਸਟ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਆਈਟੀਆਈ ਬਾਰੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਜੋ ਕਿ 8ਵੀਂ ਕਲਾਸ ਜਾਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ ਇਸ ਵਿੱਚ ਵਿਦਿਆਰਥੀਆਂ ਨੂੰ ਇੰਡਸਟਰੀਅਲ ਲੈਵਲ ਤੇ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਜਿਵੇਂ ਕਿ ਮਕੈਨਿਕ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਇਲੈਕਟ੍ਰੋਨਿਕ ਅਤੇ ਹੋਰ ਵੀ ਬਹੁਤ ਸਾਰੇ ਕੋਰਸ ਜਿਨ੍ਹਾਂ ਨੂੰ ਕਰਕੇ ਤੁਸੀਂ ਇੱਕ ਵਧੀਆ ਜੌਬ ਲੈ ਸਕਦੇ ਹੋ ਇਸ ਦੇ ਬਹੁਤ ਹੀ ਫਾਇਦੇ ਹਨ ਇਸ ਵਿੱਚ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੱਤਾ ਜਾਂਦਾ ਜਦਕਿ ਪ੍ਰੈਕਟੀਕਲ ਵਰਕ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਆਈਟੀਆਈ ਵਿੱਚ ਕਿਸੇ ਵੀ ਗਵਰਨਮੈਂਟ ਕਾਲਜ ਵਿੱਚ ਬਹੁਤ ਹੀ ਘੱਟ ਫੀਸ ਲੱਗਦੀ ਹੈ ਤੇ ਆਈਟੀਆਈ ਵਿੱਚ ਤੁਹਾਨੂੰ 6 ਮਹੀਨੇ 1 ਸਾਲ ਜਾਂ ਫਿਰ 2 ਸਾਲ ਤੱਕ ਦੇ ਕੋਰਸ ਮਿਲ ਜਾਂਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਈਟੀਆਈ ਕਿਵੇਂ ਕਰ ਸਕਦੇ ਹਾਂ ਆਈਟੀਆਈ ਦੇ ਹਰ ਸਾਲ ਜੁਲਾਈ ਵਿੱਚ ਫਾਰਮ ਨਿਕਲਦੇ ਹਨ ਇਹ ਫਾਰਮ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਆਈਟੀਆਈ ਚ ਐਡਮਿਸ਼ਨ ਮੈਰਿਟ ਬੇਸ ਤੇ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਈਟੀਆਈ ਵਿੱਚ ਕਿਹੜੇ-ਕਿਹੜੇ ਕੋਰਸ ਹਨ ਇਹਨਾਂ ਵਿੱਚ ਇੰਜੀਨੀਅਰਿੰਗ ਅਤੇ ਨੋਨ ਇੰਜੀਨੀਅਰਿੰਗ ਕੋਰਸ ਹਨ ਇਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਚੁਣ ਸਕਦੇ ਹੋ ਹੁਣ ਆਪਾਂ ਆਈਟੀਆਈ ਨਾਲ ਜੁੜੇ ਕੁਝ ਸਵਾਲਾਂ ਬਾਰੇ ਗੱਲ ਕਰਦੇ ਹਾਂ ਜਿਵੇਂ ਕਿ ਆਈਟੀਆਈ ਤੁਸੀਂ ਕਦੋਂ ਕਰ ਸਕਦੇ ਹੋ ਇਸ ਦਾ ਜਵਾਬ ਇਹ ਹੈ ਕਿ ਆਈਟੀਆਈ ਤੁਸੀਂ 14 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਵਿੱਚ ਕਰ ਸਕਦੇ ਹੋ ਨੈਕਸਟ ਆਈਟੀਆਈ ਦੇ ਫਾਰਮ ਕਦੋਂ ਨਿਕਲਦੇ ਹਨ ਆਈਟੀਆਈ ਦੇ ਫਾਰਮ ਹਰ ਸਾਲ ਜੁਲਾਈ ਵਿੱਚ ਨਿਕਲਦੇ ਹਨ ਤੇ ਇਹ ਫਾਰਮ 10ਵੀਂ ਦੇ ਰਿਜ਼ਲਟ ਤੋਂ ਬਾਅਦ ਨਿਕਲਦੇ ਹਨ ਕਿਉਂਕਿ 10ਵੀਂ ਦੇ ਵਿਦਿਆਰਥੀ 10ਵੀਂ ਪਾਸ ਕਰਕੇ ਇਹ ਫਾਰਮ ਅਪਲਾਈ ਕਰ ਸਕਦੇ ਹਨ ਆਈਟੀਆਈ ਵਿੱਚ ਕਿੰਨੇ ਸਾਲਾਂ ਦੇ ਕੋਰਸ ਹੁੰਦਾ ਹੈ ਆਈਟੀਆਈ ਵਿੱਚ 6 ਮਹੀਨੇ 1 ਸਾਲ ਜਾਂ ਫਿਰ 2 ਸਾਲ ਦੇ ਕੋਰਸ ਹੁੰਦੇ ਹਨ ਆਈਟੀਆਈ ਦੀ ਫੀਸ ਕਿੰਨੀ ਕੁ ਹੁੰਦੀ ਹੈ ਜੇਕਰ ਤੁਹਾਨੂੰ ਐਡਮਿਸ਼ਨ ਸਰਕਾਰੀ ਕਾਲਜ ਵਿੱਚ ਮਿਲਦੀ ਹੈ ਤਾਂ ਆਈਟੀਆਈ ਦੀ ਫੀਸ ਬਹੁਤ ਹੀ ਘੱਟ ਲੱਗਦੀ ਹੈ ਪਰ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਆਈਟੀਆਈ ਕਰਦੇ ਹੋ ਤਾਂ ਇਸ ਦੀ ਫੀਸ 10 ਤੋਂ 30000 ਤੱਕ ਦਾ ਖਰਚਾ ਆ ਜਾਂਦਾ ਹੈ ਆਈਟੀਆਈ ਲਈ ਕਿੰਨੀ ਪੜਾਈ ਹੋਣੀ ਚਾਹੀਦੀ ਹੈ ਆਈਟੀਆਈ ਲਈ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ 10ਵੀਂ ਜਾਂ ਫਿਰ 12ਵੀਂ ਪਾਸ ਆਊਟ ਹੋਣੇ ਚਾਹੀਦੇ ਹੋ ਆਈਟੀਆਈ ਲਈ ਜ਼ਰੂਰੀ ਡਾਕੂਮੈਂਟਸ ਕਿਹੜੇ ਹੋਣੇ ਚਾਹੀਦੇ ਆ ਤੁਹਾਡੇ ਕੋਲ ਤੁਹਾਡਾ ਮੋਬਾਈਲ ਨੰਬਰ ਈਮੇਲ ਆਈਡੀ ਕੈਂਡੀਡੇਟ ਫੋਟੋ ਰੈਜ਼ੀਡੈਂਸ ਸਰਟੀਫਿਕੇਟ 8th 10th ਜਾਂ ਫਿਰ +2 ਦਾ ਸਰਟੀਫਿਕੇਟ ਕੈਟਾਗਰੀ ਸਰਟੀਫਿਕੇਟ ਤੇ ਇਨਕਮ ਸਰਟੀਫਿਕੇਟ ਆਈਟੀਆਈ ਦੇ ਹੁਣ ਪੰਜਾਬ ਵਿੱਚ ਐਡਮਿਸ਼ਨ ਸਟਾਰਟ ਹੋ ਚੁੱਕੀ ਹੈ ਤੇ ਇਸ ਦੀ ਲਾਸਟ ਡੇਟ ਆ 11 ਜੁਲਾਈ 11 ਜੁਲਾਈ ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਦੇ ਸਾਰੇ ਆਨਲਾਈਨ ਫਾਰਮ ਅਪਲਾਈ ਕਰ ਸਕਦੇ ਹੋ ਆਈਟੀਆਈ ਦੇ ਤੇ ਇਸ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੌਬਸ ਦੇ ਰਿਲੇਟਡ ਇਨਫੋਰਮੇਸ਼ਨ ਜੀਕੇ ਦੇ ਇੰਪੋਰਟੈਂਟ ਕੁਐਸ਼ਨਸ ਲਈ ਤੁਸੀਂ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ